असल ਦੇ ਵਿੱਚ NDRF ਦੀ ਟੀਮ ਆਈ ਵੀ ਹੈ ਉਹ ਅੱਗੇ ਅੰਦਰ ਗਈ ਵੀ ਹੈ ਤੇ ਹਜੇ ਤੱਕ ਜਿਹੜੇ 9 ਜਿਹੜੇ ਕਨਫਰਮ ਡੈਥ ਹੈ ਤੇ ਉਹਦੇ ਵਿੱਚ ਉਹ ਸਿਵਲ ਹਸਪੀਟਲ ਦੇ ਵਿੱਚ ਪਾਰਟੀ ਹੈਗੀਆਂ ਸਾਡੀਆਂ ਉਹ ਚੈੱਕ ਕਰ ਰਹੀਆਂ 2 ਅਨਕੌਂਸ਼ੀਅਸ ਹੈ ਉਹਨਾਂ ਵਿੱਚੋਂ ਇੱਕ ਨੂੰ ਹੋਸ਼ ਆ ਗਈ ਉਹਨੇ ਦੱਸਿਆ ਵੀ ਕਰਿਆਨੇ ਵਾਲੀ ਇੱਕ ਦੁਕਾਨ ਸੀ ਤੇ ਉਹਦੇ ਵਿੱਚੋਂ ਕੋਈ ਗੈਸ ਨਿਕਲੀ ਹੈ ਹਜੇ ਉਹ ਸੋਰਸ ਨਹੀਂ ਪਤਾ ਲੱਗਿਆਗਾ ਅੱਗੇ NDRF ਦੀ ਟੀਮ ਅੱਗੇ ਜਾਊਗੀ ਪਰ ਇਹਦੇ 'ਚ ਇਹ ਹੈ ਵੀ ਟਾਈਮਲੀ ਐਕਸ਼ਨ ਹੋਣ ਨਾਲ ਇਹ ਹੋ ਗਿਆ ਵੀ ਬਹੁਤ ਸਾਰੇ ਬੰਦੇ ਅੰਦਰ ਜਾਣੋ ਜਿਹੜੇ ਰੋਕ ਪਾਉਣ ਦੇ ਵਿੱਚ ਕਾਮਯਾਬ ਹੋਏ ਹੈ ਬਟ ਇਹ ਬੜੀ ਅਨਫਾਰਚੂਨੇਟ ਹੈ ਇਹਦੇ ਲਈ ਹਜੇ ਕਿਉਂਕਿ ਐਗਜ਼ੈਕਟ ਜਿੰਨਾ ਚਿਕਰ ਇਹ ਨਹੀਂ ਪਤਾ ਲੱਗਦਾ ਵੀ ਸੋਰਸ ਕਿੱਥੇ ਹੈ ਉਹਨਾਂ ਚਿਕਰ ਸਾਰਿਆਂ ਨੂੰ ਅਸੀਂ ਰਿਕੁਐਸਟ ਕਰੂੰਗਾ ਤੁਹਾਡੇ ਜ਼ਰੀਏ ਵੀ ਕਰੋ ਵੀ ਇਸ ਏਰੀਏ ਨੂੰ ਰਸ਼ਨ ਨਾ ਕਰਨ ਜਿਹੜਾ ਵੀ ਆਪਦੇ TV ਵਗੈਰਾ 'ਤੇ ਜੋ ਦੇਖਣਾ ਉਹਨੂੰ ਦੇਖ ਲੈਣ ਬਟ ਉਸ ਏਰੀਏ ਵੱਲ ਨੂੰ ਰਸ਼ ਨਾ ਕਰਨ।